ਕਰਨਾ ਚਾਹੀ।
Guru, 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 Gu
Thank you.
ऐसा गुरु
ਸਦਾਏ ਤੂੰ ਕਿਸੇ ਨਾ ਦਿਸੈ ਬਾਹਰ ਜੀਓ ਦੇ ਹੁਕਮ ਅਨੁਸਾਰ
ਅਨੁਸਾਰ ਆਪਾਂ ਸਾਰੇ ਇੱਕ ਮੰਚ 'ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਜੋ 550 ਸਾਲੇ ਮਨਾਉਣੇ ਨੇ, ਇੱਕ ਮੰਚ 'ਤੇ ਆ ਕੇ ਸਾਰਿਆਂ ਨੇ ਗੁਰੂ ਚਰਨਾਂ ਵਿੱਚ ਜੁੜ ਬੈਠ, ਸਾਰਿਆਂ ਨੇ ਇੱਕ ਮੰਚ 'ਤੇ ਜੁੜ ਕਰਕੇ ਇਸ ਸ਼ਤਾਬਦੀ ਨੂੰ ਮਨਾਉਣਾ ਹੈ। ਆਓ ਮਿਲ ਕੇ ਪੰਕਤੀਆਂ ਪੜ੍ਹ ਲਈਏ, ਕਿਉਂਕਿ ਮੈਂ 2 ਦਿਨ ਦੇ ਸਮਾਗਮ ਇਸ ਗੁਰੂ ਘਰ ਵਿਖੇ, 2 ਕੀਰਤਨ ਮੇਰੇ ਹੋਰ ਵੀ ਨੇ, ਉਹ ਵੀ ਮੈਂ ਆਪ ਨੂੰ ਸਰਵਣ ਕਰਵਾਉਣੇ ਨੇ। ਔਰ ਆਪ ਨੂੰ ਮੈਂ ਬੇਨਤੀ ਵੀ ਕਰਾਂ, ਸ਼ਾਮ ਨੂੰ 6 ਤੋਂ 7 ਵਜੇ ਤੱਕ ਸੋਮਵਾਰ ਔਰ ਮੰਗਲਵਾਰ ਜੋ ਕੀਰਤਨ ਸਮਾਗਮ ਦੀ ਹਾਜ਼ਰੀ ਹੈ, ਆਪ ਸਾਰਿਆਂ ਨੂੰ ਮੇਰੀ ਬੇਨਤੀ ਹੈ, ਕਿਰਪਾ ਕਰਨੀ ਹੈ, ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਨੇ। ਔਰ ਮੇਰੇ ਤੋਂ ਬਾਅਦ ਭਾਈ ਸਾਹਿਬ ਭਾਈ ਹਰਨਾਮ ਸਿੰਘ ਹੋਰਾਂ ਨੇ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਵੀ ਪੂਰਾ ਹਫ਼ਤਾ ਆਪ ਸੰਗਤਾਂ ਦੀ ਇਸ ਗੁਰੂ ਘਰ ਵਿਖੇ ਸੇਵਾ ਕਰਨੀ। ਸੋ ਸਾਰਿਆਂ ਨੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਜਨਾਂ ਦਾ, ਇੱਥੋਂ ਦੇ ਇਸ ਗੁਰੂ ਘਰ ਦੇ ਸਾਰੇ ਸੇਵਾਦਾਰਾਂ ਦਾ, ਸਾਰੇ ਗੁਰਮੁਖਾਂ ਦਾ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤ ਕਰੀਏ। ਪਾਇਆ ਐਸਾ ਕੋਈ ਵੱਡ ਪਾਤੀ ਪਾਇਆ ਐਸਾ